Today we are going to do topic used to as a passive voice, and I have already discussed the use of used to as an active voice in different parts. If you have not seen, please visit to my channel English for Beginners and see those parts. It is used to show the past habits or routine. Past ya koi bhi habits jo apni aadatan si past vich koi kam karan diyan ya routine si apni utthe apa used to da use karde ha. Structure ke andar da subject used to verb the first form object. Inda apna active da structure means jide vich subject starting te hunda va means doer hunda va. Ida passive da structure ki object starting te jo bhi apna पैसिव होएगा सॉरी एक्टिव का जो ऑब्जेक्ट होएगा और स्टार्टिंग से आ जाएगा यूज टू नाल बी यूज टू बी प्लस वी थ्री वर्ब दी थर्ड फॉर्म जे आप अपना सब्जेक्ट नू शो करना वा पैसिव च बायल करके सब्जेक्ट हुण आप इहदी एग्जाम्पल्स देखांगे असी उस नू तंग करदे हुंदे सी वी यूज टू टीज हिम तंग करन दा काम कौन करदा सी असी मीन्स इट मीन्स अपने दा सब्जेक्ट है उस नू तंग कीता जांदा हुंदा सी तंग उहनू कौन करदा सी नहीं पता इट मीन्स अपना पैसिव आ ही यूज टू बी टीज्ड जे आप दसना कि साडे द्वारा उहनू तंग कीता जांदा सी ਤਾਂ ਵੀ ਚੇਂਜ ਹੋ ਜਾਏਗਾ ਅਸ 'ਚ ਬਾਏ ਅਸ ਜਿਵੇਂ ਇੱਥੇ ਹਿਮ ਓਬਜੈਕਟ 'ਚ ਜਦੋਂ ਇਹ ਸਬਜੈਕਟ ਬਣਿਆ ਤਾਂ ਇਹ ਹੀ 'ਚ ਚੇਂਜ ਹੋ ਗਿਆ ਮੀਨਸ ਕੀ ਆ ਸਬਜੈਕਟ ਜਿਹੜਾ ਓਬਜੈਕਟ ਬਣ ਜਾਂਦਾ ਵਾ ਪੈਸਿਵ ਵਿੱਚ ਐਂਡ ਓਬਜੈਕਟ ਜੋ ਵੀ ਆਪਣਾ ਐਕਟਿਵ ਦਾ ਓਬਜੈਕਟ ਉਹ ਸਬਜੈਕਟ ਬਣ ਜਾਂਦਾ ਵਾ ਇੱਥੇ ਓਬਜੈਕਟ ਇਸ ਲਈ ਲਿਖਿਆ ਕਿ ਕਲੀਅਰ ਹੋ ਜਾਏ ਕਿ ਆਪਾਂ ਇਹਦਾ ਓਬਜੈਕਟ ਲਿਆ ਵਾ ਹੁਣ ਆਪਾਂ ਇਹਦੀ ਇੱਕ ਹੋਰ ਇਗਜ਼ੈਂਪਲ ਲਵਾਂਗੇ ਫੋਰ ਇਗਜ਼ੈਂਪਲ ਮੈਂ ਕਹਾਂ ਆਈ ਯੂਜ਼ ਟੂ ਟੇਕ ਟੀ मीन्स मैं चाह पींदी हुंदी सी हुण मैं पैसिव च इहनू किवें कहांगी कि चाह पीती जांदी हुंदी सी कौन पींदा सी नहीं पता इट मीन्स अपना पैसिव आ टी यूज टू बी टेकन इस तरह यह अपना पैसिव होएगा जे मैं कहना होवे कि मेरे द्वारा पीती जांदी सी चाह फिर आपां कहांगे टी यूज टू बी टेकन बाय मी हुण आपां इहदा नैगेटिव जी देखांगे किवें यूज हुंदा नैगेटिव दा ਜਿਹੜਾ ਐਕਟਿਵ ਦਾ ਸਟਰਕਚਰ ਹੁੰਦਾ ਉਹ ਹੁੰਦਾ ਯੂ ਸਬਜੈਕਟ ਡਿਡ ਨੋਟ ਯੂਜ ਟੂ ਜਦੋਂ ਆਪਾਂ ਡਿਡ ਯੂਜ਼ ਕਰ ਰਹੇ ਕਿ ਆਲਰੇਡੀ ਸੈਕਿੰਡ ਫਾਰਮ ਆ ਅਤੇ ਇੱਥੇ ਯੂਜ਼ ਹੋ ਜਾਏਗਾ ਯੂਜ ਦੀ ਜਗ੍ਹਾ ਡਿਡ ਨੋਟ ਯੂਜ ਟੂ ਵਰਬ ਦੀ ਫਸਟ ਫਾਰਮ ਓਬਜੈਕਟ ਇਹਦਾ ਪੈਸਿਵ ਦਾ ਸਟਰਕਚਰ ਕੀ ਹੋ ਗਿਆ ਓਬਜੈਕਟ ਸਟਾਰਟਿੰਗ ਦੇ ਡਿਡ ਨੋਟ ਯੂਜ ਟੂ ਬੀ ਪਲੱਸ ਵਰਬ ਦੀ ਥਰਡ ਫਾਰਮ ਜੇ ਆਪਾਂ ਆਪਣਾ ਸਬਜੈਕਟ ਦਿਖਾਉਣਾ ਤਾਂ ਬਾਏ ਲਗਾ ਕੇ ਸਬਜੈਕਟ ਉਹ ਤੁਹਾਨੂੰ ਇਗਨੋਰ ਨਹੀਂ ਕਰਦੇ ਸੀ ਮੀਨਸ ਉਹਨਾਂ ਦੀ ਹੈਬਿਟ ਨਹੀਂ ਸੀਗੀ ਤੁਹਾਨੂੰ ਇਗਨੋਰ ਕਰਨਾ ਦੇ ਡਿਡ ਨੋਟ ਯੂਜ ਟੂ ਇਗਨੋਰ ਯੂ ਇਹਦਾ ਪੈਸਿਵ ਕੀ ਹੋਏਗਾ ਤੁਹਾਨੂੰ ਇਗਨੋਰ ਨਹੀਂ ਕੀਤਾ ਜਾਂਦਾ ਸੀ ਤੁਹਾਨੂੰ ਇਗਨੋਰ ਨਹੀਂ ਕੌਣ ਨਹੀਂ ਕਰਦਾ ਸੀ ਨਹੀਂ ਹੈਗਾ ਸਬਜੈਕਟ ਆਪਣਾ ਇਟ ਮੀਨਸ ਆਪਣਾ ਪੈਸਿਵ ਆ ਯੂ ਡਿਡ ਨੋਟ ਯੂਜ ਟੂ ਬੀ ਇਗਨੋਰਡ ਜੇ ਆਪਾਂ ਦੱਸਣਾ ਕਿ ਉਹਨਾਂ ਦੁਆਰਾ ਤਾਂ ਬਾਏ ਲਗਾ ਕੇ ਦੈਮ ਕਿਉਂਕਿ ਦੇ ਦੈਮ 'ਚ ਚੇਂਜ ਹੁੰਦਾ ਯੂ ਦਾ ਯੂ ਹੀ ਰਹਿੰਦਾ ਜੇ ਆਪਣਾ ਸਬਜੈਕਟ ਯੂ ਆ ਤਾਂ ਇਹਦਾ ਓਬਜੈਕਟ ਵੀ ਯੂ ਹੀ ਰਹੇਗਾ ਮੈਂ ਤੁਹਾਡਾ ਮਜ਼ਾਕ ਨਹੀਂ ਉਡਾਉਂਦੀ ਹੁੰਦੀ ਸੀ ਆਈ ਡਿਡ ਨੋਟ ਯੂਜ ਟੂ ਮੇਕ ਫਨ ਆਫ ਯੂ ਮਜ਼ਾਕ ਕੌਣ ਨਹੀਂ ਉਡਾਉਂਦੀ ਸੀ ਮੈਂ ਮੀਨਸ ਇਹਦੇ ਵਿੱਚ ਕੀ ਆ ਆਪਣਾ ਸਬਜੈਕਟ ਹੈ ਤੁਹਾਡਾ ਮਜ਼ਾਕ ਨਹੀਂ ਉਡਾਇਆ ਜਾਂਦਾ ਸੀ ਆਪਣਾ ਕੌਣ ਨਹੀਂ ਉਡਾਉਂਦਾ ਸੀ ਨਹੀਂ ਪਤਾ ਇਟ ਮੀਨਸ ਆਪਣਾ ਪੈਸਿਵ ਆ ਯੂ ਡਿਡ ਨੋਟ ਯੂਜ਼ ਟੂ ਬੀ ਮੇਡ ਫਨ ਆਫ ਜੇ ਆਪਾਂ ਦੱਸਣਾ ਕਿ ਮੇਰੇ ਦੁਆਰਾ ਤਾਂ ਬਾਏ ਲਗਾ ਕੇ ਮੀ ਹੁਣ ਆਪਾਂ ਇਹਦਾ ਯੂਜ਼ ਦੇਖਾਂਗੇ ਇੰਟੈਰੋਗੇਟਿਵ ਇੰਟੈਰੋਗੇਟਿਵ ਦਾ ਸਟਰਕਚਰ ਕੀ ਹੈ ਡਿਡ ਸਟਾਰਟਿੰਗ 'ਤੇ ਆ ਜਾਏਗਾ ਆਪਣਾ ਹੈਲਪਿੰਗ ਵਰਬ ਸਟਾਰਟਿੰਗ 'ਤੇ ਆ ਜਾਂਦਾ ਵਾ ਜਦੋਂ ਆਪਾਂ ਇੰਟੈਰੋਗੇਟਿਵ ਸੈਂਟੈਂਸ ਕਰਦੇ ਹਾਂ ਸਬਜੈਕਟ ਯੂਜ਼ ਟੂ ਵਰਬ ਦੀ ਫਸਟ ਫਾਰਮ ਓਬਜੈਕਟ ਇਹ ਕੀ ਆਪਣਾ ਐਕਟਿਵ ਦਾ ਸਟਰਕਚਰ ਜਦੋਂ ਆਪਾਂ ਇਹਦਾ ਪੈਸਿਵ ਕਰਨਾ ਡਿਡ ਓਬਜੈਕਟ ਆ ਜਾਏਗਾ ਯੂਜ਼ ਟੂ ਬੀ ਮੀਨਸ ਓਬਜੈਕਟ ਫਿਰ ਯੂਜ਼ ਟੂ ਬੀ ਵਰਬ ਦੀ ਥਰਡ ਫਾਰਮ ਬਾਏ ਪਲੱਸ ਸਬਜੈਕਟ ਕਿ ਤੁਹਾਡੀ ਦਾਦੀ ਜੀ ਸਵੈਟਰ ਬੁਣਦੇ ਹੁੰਦੇ ਸੀ ਡਿਡ ਯੂਅਰ ਗ੍ਰੈਂਡ ਮਦਰ ਯੂਜ਼ ਟੂ ਨਿੱਟ ਦਾ ਸਵੈਟਰ ਮੀਨਸ ਕੌਣ ਬੁਣਦਾ ਸੀ ਸਵੈਟਰ ਤੁਹਾਡੀ ਦਾਦੀ ਜੀ ਮੀਨਸ ਇਹਦੇ 'ਚ ਆਪਣਾ ਸਬਜੈਕਟ ਹੈ ਕਿ ਸਵੈਟਰ ਬੁਣਿਆ ਜਾਂਦਾ ਸੀ ਡਿਡ ਦਾ ਸਵੈਟਰ ਯੂਜ਼ ਟੂ ਬੀ ਨਿੱਟਡ ਜਾਂ ਨਿੱਟ ਦੋਨੇ ਦੀਆਂ ਫਾਰਮਸ ਨਿੱਟਡ ਵੀ ਹੁੰਦੀ ਹੈ ਨਿੱਟ ਵੀ ਹੁੰਦੀ ਹੈ ਇੱਥੇ ਆਪਣਾ ਸੈਂਟੈਂਸ ਕੰਪਲੀਟ ਆ ਜੇ ਆਪਾਂ ਦੱਸਣਾ ਵੀ ਕਿਹਦੇ ਦੁਆਰਾ ਸਵੈਟਰ ਬੁਣਿਆ ਜਾਂਦਾ ਫਿਰ ਆਪਾਂ ਬਾਏ ਯੋਰ ਗ੍ਰੈਂਡ ਮਦਰ ਤੁਸੀਂ ਬੰਟੇ ਕਿਵੇਂ ਖੇਲਦੇ ਹੁੰਦੇ ਸੀ ਡਬਲਯੂ ਐਚ ਫੈਮਲੀ ਨਾਲ ਕਿਵੇਂ ਯੂਜ਼ ਹੋਏਗਾ ਹਾਊ ਡਿਡ ਯੂ ਯੂਜ਼ ਟੂ ਪਲੇ ਮਾਰਬਲਸ ਕੌਣ ਖੇਲਦਾ ਸੀ ਤੁਸੀਂ ਇਹਦੇ ਵਿੱਚ ਆਪਣਾ ਕੀ ਆ ਸਬਜੈਕਟ ਹੈ ਡੂਅਰ ਹੈ ਬੰਟੇ ਕਿਵੇਂ ਖੇਲੇ ਜਾਂਦੇ ਸੀ ਮੀਨਸ ਕੌਣ ਖੇਲਦਾ ਸੀ ਨਹੀਂ ਪਤਾ ਇਟ ਮੀਨਸ ਕਿ ਆਪਣਾ ਪੈਸਿਵ ਆ ਹਾਊ ਡਿਡ ਮਾਰਬਲਸ ਯੂਜ਼ ਟੂ ਬੀ ਪਲੇਡ ਜੇ ਆਪਾਂ ਦੱਸਣਾ ਕਿ ਕਿਹਦੇ ਦੁਆਰਾ ਫਿਰ ਬਾਏ ਲਗਾ ਕੇ ਯੂ ਇਹ ਸੀ ਆਪਣਾ ਯੂਜ਼ ਟੂ ਦਾ ਆਲ ਯੂਜ਼ ਐਜ਼ ਅ ਪੈਸਿਵ ਵੋਇਸ ਹੋਪ ਸੋ ਯੂ ਵਿਲ ਹੈਵ ਅੰਡਰਸਟੂਡ ਇਫ ਯੂ ਹੈਵ ਐਨੀ ਕਾਇੰਡ ਆਫ ਪ੍ਰੋਬਲਮ ਦੈਨ ਯੂ ਕੈਨ ਆਸਕ ਮੀ ਥਰੂ ਕਮੈਂਟਸ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਵਿਦ ਯੋਰ ਫਰੈਂਡਸ ਐਂਡ ਫੈਮਿਲੀ ਥੈਂਕਸ